ਲਓ ਜੀ, ਇਹ ਆਪਾਂ ਰਸ਼ੀਅਨ ਮੈਟੀ ਸਿਲਕ ਦੇ ਉੱਪਰ ਸੂਟ ਲੈ ਕੇ ਆਏ ਹਾਂ ਅਤੇ ਇਹਨਾਂ ਨੂੰ ਆਪਾਂ ਤੁਹਾਨੂੰ ਓਨਲੀ ਸਟੱਫ ਦਿਖਾਵਾਂਗੇ ਅਤੇ ਡਿਜ਼ਾਇਨਿੰਗ ਦੀ ਤੁਸੀਂ ਟੈਨਸ਼ਨ ਨਾ ਲਿਓ। ਤੁਸੀਂ ਐਂ ਦੱਸ ਦਿਓ ਕਿ ਵੀ ਰਾਏਵੀਰ ਤੁਸੀਂ ਇਹ ਸੂਟ ਸਾਨੂੰ ਆਪਣੇ ਅਕੋਰਡਿੰਗ ਰੈਡੀ ਕਰਕੇ ਭੇਜ ਦਿਓ, ਤੁਸੀਂ ਬਸ ਸਿਰਫ ਕਲਰ ਪਸੰਦ ਕਰਨੇ ਨੇ, ਠੀਕ ਹੈ ਜੀ। ਇਹ ਰਸ਼ੀਅਨ ਮੈਟੀ ਸਿਲਕ ਆ, ਬਹੁਤ ਜ਼ਿਆਦਾ ਵਧੀਆ ਕੱਪੜਾ ਹੈਗਾ। ਇਹ 3500 ਦਾ ਓਨਲੀ ਸਟੱਫ ਆਏਗਾ, ਇਹਦੇ ਨਾਲ ਕੋਈ ਦੁਪੱਟਾ ਨਹੀਂ ਲੱਗਾ ਹੋਏਗਾ, ਓਨਲੀ ਸਟੱਫ ਆਏਗਾ। ਅਤੇ ਇਹ ਮਹਿੰਦੀ ਕਲਰ ਦੇ ਉੱਪਰ ਹੈਗਾ ਸੂਟ। ਅਤੇ ਆਹ ਦੇਖੋ, ਆਹ ਇਹਦੀ ਸਲਵਾਰ ਆ ਅਤੇ ਆਹ ਇਹਦੀ ਸ਼ਰਟ ਆ। ਅਤੇ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਕੇ ਭੇਜੋ ਆਪਾਂ ਨੂੰ। ਬਹੁਤ ਪਿਆਰਾ ਕੱਪੜਾ, ਨਾ ਇਹਨੇ ਸ਼ਰਿੰਕ ਹੋਣਾ ਨਾ ਇਹਦਾ ਕਲਰ ਫੇਂਟ ਹੋਣਾ, ਠੀਕ ਹੈ ਜੀ। ਅਤੇ ਨੈਕਸਟ ਸੂਟ ਹੈਗਾ ਆਹ ਵਾਲਾ, ਇਹ ਬਲੈਕ ਕਲਰ ਦੇ ਉੱਪਰ ਹੈਗਾ ਅਤੇ ਬਲੈਕ ਹੀ ਇਹਦੇ ਨਾਲ ਸਲਵਾਰ ਹੈਗੀ ਆ। ਅਤੇ ਇਹਨੂੰ ਆਪਾਂ ਕਿਸੇ ਡਿਫਰੈਂਟ ਕਲਰ ਦੇ ਨਾਲ ਵੀ ਡਿਜ਼ਾਈਨ ਕਰ ਸਕਦੇ ਹਾਂ, ਹੈ ਨਾ, ਕਿਉਂਕਿ ਬਲੈਕ ਕਲਰ ਤਾਂ ਇਹਦੇ 'ਤੇ ਨਹੀਂ ਸੋਹਣਾ ਲੱਗਣਾ ਹੈਗਾ, ਅਤੇ ਜਾਂ ਫਿਰ ਆਪਾਂ ਸਕਿਨ ਨਾਲ ਕਰ ਸਕਦੇ ਹਾਂ, ਬਟ ਜੇ ਇਹਨੂੰ ਆਪਾਂ ਡਿਫਰੈਂਟ ਕਲਰ ਨਾਲ ਡਿਜ਼ਾਇਨਿੰਗ ਕਰਾਂਗੇ ਤਾਂ ਇਹਨੇ ਬਹੁਤ ਹੀ ਜ਼ਿਆਦਾ ਖੂਬਸੂਰਤ ਢੰਗ ਨਾਲ ਰੈਡੀ ਹੋ ਜਾਣਾ, ਠੀਕ ਹੈ ਜੀ। ਅਤੇ ਨੈਕਸਟ ਸੂਟ ਹੈਗਾ ਮੈਰੂਨ ਸ਼ੇਡ ਦਾ, ਆਹ ਦੇਖੋ ਆਹ ਪ੍ਰਿੰਟ। ਬਸ ਤੁਸੀਂ ਡਿਜ਼ਾਇਨਿੰਗ ਦੀ ਟੈਨਸ਼ਨ ਨਾ ਲਿਓ, ਤੁਸੀਂ ਸਿਰਫ ਕਲਰ ਪਸੰਦ ਕਰਨੇ ਨੇਗੇ, ਠੀਕ ਹੈ। ਅਤੇ ਆਹ ਦੇਖੋ, ਕੱਪੜੇ ਦੀ ਪੂਰੀ ਗਰੰਟੀ ਹੈ ਆਪਣੀ, ਸ਼ਰਿੰਕ ਨਹੀਂ ਹੋਏਗਾ, ਕਲਰ ਨਹੀਂ ਫੇਂਟ ਹੋਏਗਾ, ਠੀਕ ਹੈ। ਆ ਹੋ ਗਿਆ। ਅਤੇ ਨੈਕਸਟ ਆ ਗਿਆ ਸਕਿਨ ਕਲਰ ਦੇ ਉੱਪਰ, ਜੇ ਇਹ ਕਿਸੇ ਬਜ਼ੁਰਗ ਨੂੰ ਪਸੰਦ ਹੈਗਾ ਤਾਂ ਉਹ ਵੀ ਰੈਡੀ ਕਰਵਾ ਸਕਦੇ ਆ, ਜੇ ਮਤਲਬ ਕਿਸੇ ਗਰਲਿਸ਼ ਲੁੱਕ ਦੇ ਵਿੱਚ ਕਰਨਾ ਤਾਂ ਇਹ ਡਿਫਰੈਂਟ ਡਿਜ਼ਾਇਨ ਨਾਲ ਰੈਡੀ ਹੋ ਜਾਏਗਾ, ਠੀਕ ਹੈ ਜੀ। ਵਰਕ ਵਗੈਰਾ ਕਰਕੇ ਜਾਂ ਵਿੱਚ ਔਰਗੈਂਜ਼ਾ ਐਡ ਕਰਕੇ ਕਿਵੇਂ ਵੀ, ਹੈ ਨਾ। ਫੁੱਲ ਜਾਣਕਾਰੀ ਦਿੰਦੇ ਹਾਂ ਜੀ ਤੁਹਾਨੂੰ ਨਾਲ ਕੱਪੜੇ ਦੀ ਵੀ, ਰਸ਼ੀਅਨ ਮੈਟੀ ਸਿਲਕ ਹੈਗਾ ਇਹ ਕੱਪੜੇ ਦਾ ਨਾਮ, ਠੀਕ ਹੈ ਜੀ। ਆਹ ਹੈਗਾ ਮਸਟਰਡ ਸ਼ੇਡ, ਇਹਨੂੰ ਵੀ ਆਪਾਂ ਕਿਵੇਂ ਵੀ ਡਿਜ਼ਾਇਨ ਕਰ ਸਕਦੇ ਹਾਂ, ਕਲਰ ਸਾਰੇ ਇੱਕ ਤੋਂ ਇੱਕ ਨੇ, ਬਹੁਤ ਪਿਆਰੇ ਕਲਰ ਨੇ ਸਾਰੇ। ਲਓ ਜੀ ਆਹ ਹੋ ਗਿਆ, ਠੀਕ ਹੈ ਜੀ। ਅਤੇ ਨੈਕਸਟ ਫੇਰ ਬਲੈਕ ਕਲਰ ਦੇ ਵਿੱਚ ਹੈਗਾ, ਬਟ ਇਹਦਾ ਡਿਜ਼ਾਇਨ ਡਿਫਰੈਂਟ ਹੈਗਾ। ਅਤੇ ਇਹ ਸਿੰਗਲ ਸਿੰਗਲ ਹੀ ਪੀਸ ਮਿਲਣਗੇ, ਜੇ ਤੁਹਾਨੂੰ ਮਤਲਬ ਸੇਮ ਹੀ ਚਾਹੀਦਾ ਤਾਂ ਤੁਹਾਨੂੰ 1 ਮੰਥ ਤੱਕ ਵੇਟ ਵੀ ਕਰਨੀ ਪੈ ਸਕਦੀ ਆ, ਠੀਕ ਹੈ ਜੀ। ਹੈਲੋ, ਇਹਦੇ ਨਾਲ ਪਲੇਨ ਸਲਵਾਰ ਹੋਏਗੀ। ਅਤੇ ਨੈਕਸਟ ਕਲਰ ਮੇਰਾ ਫੇਵਰੇਟ ਆ ਰਿਹਾ, ਬਹੁਤ ਪਿਆਰਾ, ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈਗਾ, ਆਹ ਦੇਖੋ। ਅਤੇ ਇਹ ਵੀ ਬਹੁਤ ਸੋਹਣੇ ਢੰਗ ਨਾਲ ਡਿਜ਼ਾਇਨ ਹੋ ਸਕਦਾ ਸੂਟ, ਠੀਕ ਹੈ ਜੀ। ਆਹ ਇਹਦੀ ਸਲਵਾਰ ਹੈ। ਅਤੇ ਉਸ ਤੋਂ ਨੈਕਸਟ ਸੂਟ ਹੈਗਾ ਫਰੋਜ਼ੀ ਕਲਰ ਦੇ ਉੱਪਰ, ਆਹ ਦੇਖੋ ਇਹਦਾ ਵੀ ਕਲਰ ਬੜਾ ਪਿਆਰਾ। ਅਤੇ ਡਿਜ਼ਾਇਨ ਕਰਕੇ ਤਾਂ ਤੁਹਾਨੂੰ ਲੱਗਣਾ ਹੀ ਨਹੀਂ ਹੈਗਾ ਵੀ ਇਹ ਉਹੀ ਸੂਟ ਹੈਗਾ ਜੀ। ਅਤੇ ਨੈਕਸਟ ਫੇਰ ਮੈਰੂਨ ਸ਼ੇਡ ਦੇ ਉੱਪਰ ਆ ਰਿਹਾ, ਅਤੇ ਇਹਦੀ ਡਿਜ਼ਾਇਨਿੰਗ ਡਿਫਰੈਂਟ ਹੈਗੀ ਆ। ਲਓ ਜੀ, ਅਤੇ ਆਹ ਇਹਦੀ ਸਲਵਾਰ ਹੈ। ਅਤੇ ਨੈਕਸਟ ਸੂਟ ਹੈਗਾ ਸਕਿਨੀ ਜਿਹਾ, ਸਕਿਨ ਸ਼ੇਡ ਹੈ, ਇਹਨੂੰ ਬਜ਼ੁਰਗ ਵੀ ਵੀਅਰ ਕਰ ਸਕਦੇ ਨੇ। ਐਂਡ ਇਹ ਗਰਲਿਸ਼ ਲੁੱਕ ਦੇ ਵਿੱਚ ਮੈਰੂਨ ਕਲਰ ਨਾਲ ਇਹਨੂੰ ਮਤਲਬ ਵਰਕ ਵਗੈਰਾ ਕਰਕੇ ਵਿੱਚ ਹੋਰ ਕਲਰ ਐਡ ਕਰਕੇ ਇਹਨੂੰ ਬਹੁਤ ਸੋਹਣਾ ਆਪਾਂ ਰੈਡੀ ਕਰ ਸਕਦੇ ਹਾਂ। ਲਓ ਜੀ, ਇਹ ਆਪਣਾ ਸੂਟ ਰੈਡੀ ਹੋ ਰਿਹਾ ਸੀਗਾ, ਇਹ ਮਸਲੀਨ ਦੇ ਉੱਪਰ, ਪਿਓਰ ਮਸਲੀਨ ਦੇ ਉੱਪਰ ਰੈਡੀ ਹੋਇਆ ਹੋਇਆ। ਅਤੇ ਆਹ ਇਹਦੀ ਸਲਵਾਰ ਹੈਗੀ ਆ,
ਐਂਡ ਆ ਇਹਦੀ ਬਾਜੂ ਦੇ ਉੱਪਰ ਕੰਮ ਹੋਇਆ ਹੋਇਆ। ਲਓ ਜੀ ਹੁਣ ਤੁਹਾਨੂੰ ਆਪਾਂ ਸਪੈਸ਼ਲ ਦੁਪੱਟੇ ਆਏ ਨੇ ਨਾਲੇ ਉਹ ਦਿਖਾਵਾਂਗੇ। ਅਤੇ ਇਹ ਗਰਲਿਸ਼ ਲੁੱਕ ਦੇ ਵਿੱਚ ਹੈਗੇ ਨੇ ਦੁਪੱਟੇ, ਤੁਸੀਂ ਇਹਨਾਂ ਨਾਲ ਕੋਟ ਸੈੱਟ ਜਾਂ ਸੂਟ ਰੈਡੀ ਕਰਾ ਸਕਦੇ ਹੋ। ਅਤੇ ਇਹ ਸਟੋਲ ਟਾਈਪ ਨੇ, ਐਨ ਖੁੱਲ੍ਹੇ ਡੁੱਲੇ ਨਹੀਂ ਹੋਣਗੇ, ਹੈ ਨਾ, ਕਿਉਂਕਿ ਕੋਟ ਸੈੱਟਾਂ ਨਾਲ ਤਾਂ ਸਟੋਲ ਟਾਈਪ ਹੀ ਚੱਲਦੇ ਨੇ। ਅਤੇ ਆਹ ਸ਼ਿਫੋਨ ਦੇ ਉੱਪਰ ਆਏ ਨੇ ਜੀ ਸੂਟ, ਬਹੁਤ ਪਿਆਰਾ, ਬਹੁਤ ਹੀ ਸੋਹਣਾ ਕਲਰ ਹੈਗਾ ਇਹਦਾ, ਅਤੇ ਮੈਂਗੋ ਸ਼ੇਡ ਆ ਇਹ। ਅਤੇ ਇਹ 3250 ਦਾ ਸਟੱਫ ਹੋਏਗਾ ਸਾਰਾ ਜਿਹੜਾ ਵੀ ਇੱਥੇ ਪਿਆ। ਇਹਦੇ ਵਿੱਚ ਆਪਾਂ ਤੁਹਾਨੂੰ ਸਾਰਿਆਂ ਦੇ ਪ੍ਰਿੰਟ ਦਿਖਾ ਦਿੰਦੇ ਹਾਂ। ਆਹ ਦੇਖੋ ਸਟੱਫ ਨੂੰ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ, ਕੋਈ ਇਹਨੇ ਸ਼ਰਿੰਕ ਨਹੀਂ, ਐਨ ਬਹੁਤ ਸੋਫਟ ਹੈ, ਕੋਈ ਇਹਨੇ ਸ਼ਰਿੰਕ ਨਹੀਂ ਹੋਣਾ ਹੈਗਾ ਜਾਂ ਉਹ ਨਹੀਂ ਹੋਣਾ, ਕਲਰ ਨਹੀਂ ਫੇਂਟ ਹੋਣਾ ਹੈਗਾ। ਕਰੇਪ ਦੀ ਨਾਲ ਸਲਵਾਰ ਹੋਏਗੀ। ਅਤੇ ਨੈਕਸਟ ਹੈਗਾ ਜੀ ਆਹ ਕਲਰ, ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ। ਆਹ ਇਹਦੇ ਨਾਲ ਸਲਵਾਰ ਹੈਗੀ ਆ ਸਟਨ ਦੀ, ਆਹ ਦੇਖੋ ਇਹਨੂੰ ਜਿਹਨੂੰ ਮੋਰ ਪੰਖੀਆ ਜਿਹਾ ਕਹਿ ਦਿੰਦੇ ਨੇ ਉਹ ਕਲਰ ਹੈਗਾ, ਇਹ ਵੀ ਬਹੁਤ ਪਿਆਰਾ। ਜਿਵੇਂ ਤੁਸੀਂ ਇਹਨਾਂ ਨੂੰ ਵਰਕ ਵਗੈਰਾ ਕਰਾ ਕੇ ਦੁਪੱਟੇ 'ਤੇ ਫਿਨਿਸ਼ਿੰਗ ਕਰਾ ਕੇ ਜਾਂ ਦੁਪੱਟੇ ਦੇ ਵਿੱਚ ਇਸ ਇਹਦਾ ਪੈਚ ਐਡ ਕਰਾ ਕੇ ਤੁਸੀਂ ਇੱਦਾਂ ਰੈਡੀ ਕਰਵਾ ਸਕਦੇ ਹੋ। ਨੈਕਸਟ ਸੂਟ ਆ ਗਿਆ ਜੀ ਆਹ ਵਾਲਾ ਕਲਰ ਆ ਗਿਆ, ਅਤੇ ਇਹਦੇ ਨਾਲ ਆਹ ਸਲਵਾਰ ਆ ਗਈ ਆ, ਇਹ ਵੀ ਬਹੁਤ ਪਿਆਰਾ। ਅਤੇ ਨੈਕਸਟ ਕਲਰ ਆ ਗਿਆ ਮਾਊਸ ਜੇ ਸ਼ੇਡ 'ਤੇ, ਮਾਊਸ ਵੀ ਨਹੀਂ ਹੈਗਾ, ਗ੍ਰੀਨ ਜਿਹਾ ਇਹ, ਗ੍ਰੀਨ ਵੀ ਥੋੜ੍ਹਾ ਜਿਹਾ ਡਿਫਰੈਂਟ ਹੈਗਾ। ਬਹੁਤ ਜ਼ਿਆਦਾ ਪਿਆਰਾ ਸੂਟ ਆ ਇਹ, ਜਿਵੇਂ ਇਹਦੇ ਵਿੱਚ ਆਹ ਕਲਰ ਨੇ ਜਿਹੜੇ ਸਾਰੇ, ਇਹ ਐਡ ਕਰਕੇ ਤੁਸੀਂ ਵਰਕ ਵਗੈਰਾ ਕਰਾ ਸਕਦੇ ਹੋ। ਬਹੁਤ ਪਿਆਰਾ, ਬਹੁਤ ਸੋਹਣਾ ਸੂਟ ਬਣੇਗਾ। ਲਓ ਜੀ ਬਹੁਤ ਭੈਣਾਂ ਦੀ ਡਿਮਾਂਡ ਹੁੰਦੀ ਆ ਕਿ ਸਾਨੂੰ ਬਲੈਕ ਕਲਰ ਚਾਹੀਦਾ ਹੈਗਾ, ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆਇਆ। ਆਹ ਦੇਖੋ ਲਓ ਜੀ ਇਹ ਸ਼ਿਫੋਨ ਦੇ ਵਿੱਚ ਨੇ ਜੀ ਸਾਰੇ ਸੂਟ, ਬਹੁਤ ਪਿਆਰਾ ਫੈਬਰਿਕ ਹੈਗਾ ਇਹ, ਠੀਕ ਹੈ ਜੀ। ਅਤੇ ਇਹਦੇ ਨਾਲ ਕਰੇਪ ਦੀ ਸਲਵਾਰ ਹੋਏਗੀ, ਆਹ ਦੇਖੋ, ਅਤੇ ਸਟੱਫ ਦੀ ਫੁੱਲ ਗਰੰਟੀ ਹੈ ਜੀ, ਠੀਕ ਹੈ ਜੀ। ਅਤੇ ਆਹ ਦੁਪੱਟੇ ਨੇ ਜਿਹੜੇ, ਇਹ ਤੁਹਾਨੂੰ ਖੋਲ੍ਹ ਖੋਲ੍ਹ ਕੇ ਦਿਖਾਉਂਦੇ ਹਾਂ, ਤੁਸੀਂ ਇਹਨਾਂ ਨਾਲ ਜਿੱਦਾਂ ਇਹ ਹੈਗਾ ਬੋਟਲ ਗ੍ਰੀਨ ਜਿਹਾ ਹੈਗਾ ਕਲਰ, ਠੀਕ ਹੈ। ਆਹ ਦੇਖੋ ਇਹਦੇ ਸਾਈਡਸ 'ਤੇ ਇਸ ਤਰ੍ਹਾਂ ਕੰਮ ਹੋਏਗਾ, ਤੁਸੀਂ ਇਹਦੇ ਨਾਲ ਇੱਦਾਂ ਦਾ ਪੀਚ ਲੈ ਕੇ ਵੀ ਰੈਡੀ ਕਰਵਾ ਸਕਦੇ ਹੋ। ਉਹਦੇ ਵਿੱਚ ਮਤਲਬ ਹਲਕਾ ਹਲਕਾ ਕੁਛ ਪਾਈਪਿੰਗ ਵਗੈਰਾ ਵੀ ਐਡ ਕਰਾ ਸਕਦੇ ਹੋ, ਜਾਂ ਇਸ ਕਲਰ ਦਾ ਵਿੱਚ ਬੋਟਲ ਗ੍ਰੀਨ ਦਾ ਵਰਕ ਐਡ ਕਰ ਸਕਦੇ ਹੋ ਪਲੇਨ ਦੇ ਵਿੱਚ, ਜਾਂ ਤੁਸੀਂ ਬੋਟਲ ਗ੍ਰੀਨ ਹੀ ਕੋਟ ਸੈੱਟ ਰੈਡੀ ਕਰਵਾ ਕੇ ਉਹਦੇ ਨਾਲ ਇਹ ਦੁਪੱਟਾ ਲੈ ਸਕਦੇ ਹੋ, ਹੈ ਨਾ। ਬਹੁਤ ਜ਼ਿਆਦਾ ਪਿਆਰਾ ਬਣੇਗਾ ਜੀ ਇਹ, ਤੁਸੀਂ ਇਹ ਨਾਲ ਮਤਲਬ ਸੂਟ ਵੀ ਰੈਡੀ ਕਰਾ ਸਕਦੇ ਹੋ, ਜ਼ਰੂਰੀ ਥੋੜ੍ਹਾ ਹੈਗਾ ਵੀ ਕਿ ਕੋਟ ਸੈੱਟ ਹੀ ਕਰਾਉਣੇ ਨੇ, ਇਹ ਦੁਪੱਟਾ ਲੈ ਸਕਦੇ ਹੋ ਤੁਸੀਂ। ਇਹ ਜੀ ਸਾਰੇ ਦੁਪੱਟੇ 850 ਦੇ ਹੋਣਗੇ, ਜਿਹੜਾ ਮਰਜ਼ੀ ਚੱਕੋ। ਲਓ ਜੀ ਨੈਕਸਟ ਆ ਹੈਗਾ, ਤੁਸੀਂ ਇਹਦੇ ਨਾਲ ਕਰੇਪ ਦੇ ਕੋਟ ਸੈੱਟ ਕਰੇਪ ਦਾ ਸੂਟ ਰੈਡੀ ਕਰਾ ਸਕਦੇ ਹੋ। ਅਤੇ ਜਿਹੜੀਆਂ ਕੁੜੀਆਂ ਤੋਂ ਜ਼ਿਆਦਾ ਭਾਰੀ ਦੁਪੱਟੇ ਨਹੀਂ ਚੱਕੇ ਜਾਂਦੇ ਹੈਗੇ ਉਹਨਾਂ ਲਈ ਇਹ ਆਏ ਨੇ। ਆਹ ਦੇਖੋ ਇੱਧਰੋਂ ਇਸ ਤਰ੍ਹਾਂ ਹੈਗਾ, ਬਹੁਤ ਪਿਆਰੇ ਨੇ, ਜਿਹੜਾ ਮਰਜ਼ੀ ਚੱਕੋ ਜੀ 850 ਰੁਪਏ ਦਾ। ਅਤੇ ਨੈਕਸਟ ਤੁਹਾਨੂੰ ਦਿਖਾਉਂਦੀ ਹਾਂ ਬੋਟਲ ਗ੍ਰੀਨ ਦੇ ਉੱਪਰ। ਲਓ ਜੀ ਨੈਕਸਟ ਪੀਚ ਕਲਰ ਦੇ ਉੱਪਰ ਆ ਗਿਆ, ਆਹ ਦੇਖੋ ਇੱਧਰ ਇੱਦਾਂ ਹੈਗਾ ਵਰਕ, ਇਹ ਵੀ ਦੁਪੱਟਾ ਬੜਾ ਸੋਹਣਾ। ਅਤੇ ਇਸੇ ਤਰ੍ਹਾਂ ਦੂਸਰੀ ਸਾਈਡ ਹੈਗਾ ਜੀ, ਚਲੋ ਆਪਾਂ ਹੁਣ ਉਹਨੂੰ ਖੋਲ੍ਹਦੇ ਨਹੀਂ ਹੈਗੇ, ਇਸੇ ਤਰ੍ਹਾਂ ਦੂਸਰੀ ਸਾਈਡ 'ਤੇ ਵਰਕ ਹੈਗਾ। ਅਤੇ ਇੱਕ ਹੋਰ ਡਿਜ਼ਾਇਨਿੰਗ ਆਈ ਹੈ ਬੋਟਲ ਗ੍ਰੀਨ ਦੇ ਉੱਪਰ, ਉਹ ਡਿਫਰੈਂਟ ਸੀਗੀ,
ਅਤੇ ਆਹ ਡਿਫਰੈਂਟ ਆ। ਜਿਹਨੇ ਆਹ ਲੈਣੀ ਹੋਏਗੀ ਤੁਸੀਂ ਇੱਥੋਂ ਸਕਰੀਨਸ਼ਾਟ ਭੇਜਿਓ, ਜਿਹਨੇ ਉਹ ਲੈਣਾ ਹੋਏਗਾ ਉੱਥੋਂ ਭੇਜਿਓ। ਆਹ ਦੇਖੋ ਜੀ, ਇਹਨੂੰ ਖੋਲ੍ਹ ਕੇ ਦਿਖਾ ਦਿੰਦੇ ਹਾਂ। ਲਓ ਜੀ, ਇਹਨੂੰ ਵੀ ਆਪਾਂ ਖੋਲ੍ਹ ਕੇ ਦਿਖਾ ਦਿੰਦੇ ਹਾਂ। ਇੱਧਰ ਇਹਦੇ ਆਏਗਾ ਸਾਈਡਸ ਦੇ ਉੱਪਰ ਵਰਕ, ਐਂਡ ਉੱਧਰ ਆਏਗਾ। ਆਹ ਦੇਖੋ, ਬਹੁਤ ਪਿਆਰਾ, ਬਹੁਤ ਹੀ ਸੋਹਣਾ ਹੈਗਾ। ਇਹ ਨਾਲ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਪੀਚ ਬਣਵਾ ਕੇ, ਹੈ ਨਾ, ਕੰਟਰਾਸਟ ਕਰਕੇ, ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਉਸ ਤਰ੍ਹਾਂ ਬਣਵਾ ਸਕਦੇ ਹੋ। ਬਾਕੀ ਜੇ ਤੁਸੀਂ ਕਹਿਣਾ ਕਹੋਗੇ ਵੀ ਤੁਸੀਂ ਆਪਣੇ ਹਿਸਾਬ ਨਾਲ ਰੈਡੀ ਕਰ ਦਿਓ, ਤਾਂ ਉਹ ਅਸੀਂ ਆਪੇ ਖੁਦ ਦੇਖ ਲਾਂਗੇ ਕਿ ਇਹਦੇ ਨਾਲ ਕਿਹੜੀ ਚੀਜ਼ ਜਚੇਗੀ। ਠੀਕ ਹੈ ਜੀ, ਇਹ ਮੈਰੂਨ ਸ਼ੇਡ ਦੇ ਉੱਪਰ ਹੈਗਾ। ਆਹ ਦੇਖੋ, ਇਸੇ ਤਰ੍ਹਾਂ ਇਹਦੇ ਦੂਸਰੀ ਸਾਈਡ 'ਤੇ ਕੰਮ ਹੋਏਗਾ। ਲਓ ਜੀ, ਇਹ ਬਲੂ ਸ਼ੇਡ 'ਤੇ ਹੈਗਾ। ਜਿਹਨੇ ਇਹ ਲੈਣਾ ਹੋਏਗਾ ਇਹ ਵੀ ਲੈ ਸਕਦਾ। ਜਿਹਨੇ ਇਕੱਲਾ ਦੁਪੱਟਾ ਲੈਣਾ ਜੀ, ਇਕੱਲਾ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ। ਠੀਕ ਆ, ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸੂਟ ਵੀ ਸਾਡੇ ਤੋਂ ਹੀ ਬਣਵਾਉਣਾ ਹੈਗਾ, ਇਹ ਤੁਹਾਡੀ ਮਰਜ਼ੀ ਆ। ਇਹ ਮੈਰੂਨ ਸ਼ੇਡ ਹੈਗਾ ਜੀ, ਜੇ ਤੁਸੀਂ ਇਹ ਲੈਣਾ ਤਾਂ ਤੁਹਾਨੂੰ ਇੱਥੋਂ ਸਕਰੀਨਸ਼ੋਟ ਭੇਜਣਾ ਪਏਗਾ। ਠੀਕ ਹੈ ਜੀ, ਅਤੇ ਇਹ ਵੀ ਬੜਾ ਪਿਆਰਾ ਹੈਗਾ। ਅਤੇ ਨੈਕਸਟ ਹੈਗਾ ਜੀ ਗ੍ਰੇ ਕਲਰ ਦੇ ਵਿੱਚ। ਆਹ ਦੇਖੋ, ਲਓ ਇਸੇ ਤਰ੍ਹਾਂ ਇਹਦੀ ਦੂਸਰੀ ਸਾਈਡ 'ਤੇ ਕੰਮ ਹੋਏਗਾ। ਅਤੇ ਆਹ ਹੈਗਾ ਬਲੈਕ ਸ਼ੇਡ ਦੇ ਵਿੱਚ, ਇਹਦਾ ਵੀ ਇੱਥੋਂ ਤੁਸੀਂ ਸਕਰੀਨਸ਼ੋਟ ਭੇਜਣਾ। ਲਓ ਜੀ, ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਆਪਣਾ ਕੰਟੈਕਟ ਨੰਬਰ ਹੈਗਾ 70 87 50 20 51 7 0 8 7 5 0 2 0 5 1। ਅਤੇ ਠੀਕ ਹੈ ਜੀ, ਹੁਣ ਆਪਾਂ ਕਰਦੇ ਹਾਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।